ਸਵਪਨ ਸਿੰਘ। ਕਿਸ ਮਸਲੇ 'ਚ ਆਏ ਹੋ? ਮੈਨੂੰ ਇਹ ਮੇਰਾ ਆਪਣੇ ਨਾਲ ਲੈ ਕੇ ਆਇਆ। ਮਸਲਾ ਕੀ ਹੈ? ਮੈਂ ਆਪਦੀ ਜ਼ਮੀਨ 3 ਕਿੱਲੇ ਵੇਚ ਆਇਆ ਹਾਂ। ਅੱਛਾ, 3 ਕਿੱਲੇ ਮੇਰੀ ਮਾਂ ਕੋਲ। ਅੱਛਾ ਜੀ, ਆਹੋ। ਅਤੇ ਤੁਹਾਨੂੰ ਕੀ ਸ਼ੱਕ ਆ? ਸ਼ੱਕ ਉਹਨਾਂ ਕੁੱਟ ਕੇ ਮਾਰੀ ਆ ਕਿ ਉਹ ਬਿਮਾਰ ਥੋੜ੍ਹੀ ਸੀ, ਉਹਦੇ ਮੇਰੇ ਨਾਲ ਇੰਨੀ ਉੱਚੀ ਸੀ। ਕਿੰਨਾ ਨੇ ਕੁੱਟ ਕੇ ਮਾਰੀ ਹੈ? ਪੁੱਛੀਆਂ ਮੇਰਿਆਂ ਨੇ। ਅੱਛਾ, ਮੇਰੇ ਤਾਏ ਦੇ ਪੁੱਤਰਿਆਂ ਨੇ। ਤਾਏ ਦੇ ਪੁੱਤਰਾਂ ਕੀ ਕਾਰਨ ਆ ਮਾਰਨ ਦਾ? ਹੈਂ, ਕੋਈ ਕਾਰਨ ਹੈ ਮਾਰਨ ਦਾ ਉਹਨਾਂ ਨੂੰ? ਉਹਨਾਂ ਨੂੰ ਕੁੱਟ ਕੇ ਮਾਰੀ ਆ, ਬਿਮਾਰ ਥੋੜ੍ਹੀ ਹੋਈ ਆ। ਨਹੀਂ, ਕੋਈ ਕਾਰਨ ਹੈ ਇਹਦੇ ਮਗਰ? ਉਹ ਪੈਲੀ ਦੀਆਂ ਮਾਰਿਆ ਮਾਰੀ ਆ। ਅੱਛਾ ਜੀ, ਪੈਲੀ ਅਸੀਂ ਮਾਵਾਂਗੇ, ਪਹਿਲੀ ਅਸੀਂ ਛੱਡਦੇ ਉਹਨੂੰ। ਤੁਹਾਨੂੰ ਦੱਸਿਆ ਉਹਨਾਂ ਜਦੋਂ ਉਹਨਾਂ ਦੀ ਡੈਥ ਹੋਈ ਆ ਸੰਸਕਾਰ ਵੇਲੇ? ਇਹਨੇ ਮੁੰਡੇ ਦੱਸਿਆ, ਇਹਨਾਂ ਨੂੰ ਕਿਸੇ ਦੱਸਿਆ, ਇਹ ਮੇਰੇ ਆਪਣੇ ਮੈਨੂੰ। ਅੱਛਾ, ਤੁਹਾਨੂੰ ਕਿਸੇ ਨੇ ਦੱਸਿਆ? ਸਰਪੰਚ ਨੂੰ। ਜਦੋਂ ਤੁਸੀਂ ਹੁਣ ਫੁੱਲ ਚੁਗ ਨਹੀਂ ਦੱਸਿਆ, ਜਦੋਂ ਆਏ ਫੁੱਲ ਚੁਗਣ ਆਏ ਹੋ ਤੁਸੀਂ, ਤੁਹਾਨੂੰ ਉਹਨਾਂ ਪਰਿਵਾਰ ਨੇ ਕੀ ਕਿਹਾ? ਉਹਨਾਂ ਸਾਨੂੰ ਫੁੱਲ ਚੁਣ ਨਹੀਂ ਦਿੱਤੇ, ਉਹਨਾਂ ਦਾਦਾ ਝੋਲੇ 'ਚ ਪਾ ਲਏ, ਉਹ ਬੁਰੇ 'ਚ ਪਾ ਲਏ ਆ। ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਕਰਨੀ ਚਾਹੁੰਦੇ ਹੋ? ਹੈਂ, ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਕਰਨੀ ਚਾਹੁੰਦੇ ਹੋ? ਆਹੋਗੇ, ਚਾਹੁੰਦੇ ਹਾਂ। ਕੀ ਮੰਗ ਕਰਨੀ ਚਾਹੁੰਦੇ ਹੋ? ਮੰਗ ਇਹ ਕਰਦੇ ਹਾਂ ਵੀ ਉਹ ਫੜੇ ਜਾਣ ਅਤੇ ਉਹ 20 ਸਾਲ ਵੱਜਣ, ਫਿਰ ਸਾਡੀ ਹੱਕ ਪੂਰਾ ਹੁੰਦਾ। ਨਾਮ ਮੰਗਲ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ, ਸਾਡੀ ਨਾਨੀ, ਇਹ ਸਾਡਾ ਮਾਮਾ ਜੀ, ਅੱਛਾ, 10 ਸਾਲ ਹੋ ਗਏ ਜੀ ਨਾਨੀ ਸਾਡੀ ਤਾਏ ਦੇ ਪੋਤਰਿਆਂ ਕੋਲ ਰਹਿੰਦੀ ਸੀ। ਠੀਕ ਹੈ ਜੀ। ਅਤੇ ਉਹਨਾਂ ਹੀ ਪੈਲੀ ਉਹ ਵਾਹੁੰਦੇ ਸੀ, ਹਿੱਸਾ ਠੇਕਾ ਕੋਈ ਨਹੀਂ ਮਾਤਾ ਨੂੰ ਦਿੰਦੇ ਸੀ, ਉਹ ਸਾਂਭਦੇ ਸੀ। ਜਦੋਂ ਮਾਤਾ ਅਸੀਂ ਮਿਲਣ ਆਉਂਦੇ ਸਾਂ, ਉਹ ਸ਼ਟਰ ਮਾਰ ਲੈਂਦੇ ਸੀ ਸਾਨੂੰ, ਮਾਤਾ ਨੂੰ ਬੁਲਾਉਣਾ ਨਾ ਮਿਲਾਉਣਾ, ਸ਼ਟਰ ਸੁੱਟ ਦਿੰਦੇ ਸੀ ਥੱਲੇ ਸਾਨੂੰ ਨਹੀਂ। ਅਸੀਂ 2-3 ਵਾਰ ਆਏ ਹਾਂ, ਇੱਕ ਵਾਰ ਅਸੀਂ ਸਰਪੰਚ ਕੋਲ ਆਏ ਜੀ, ਸਰਪੰਚ ਸਾਹਿਬ ਕੋਲ ਗਏ ਹਾਂ, ਸਰਪੰਚ ਸਾਹਿਬ ਉਹਨਾਂ ਦੇ ਘਰ ਗਏ ਆ, ਅਤੇ ਉਹਨਾਂ ਨੂੰ ਮਾਤਾ ਨੂੰ ਪਤਾ ਨਹੀਂ ਉਹਨਾਂ ਪਹਿਲਾਂ ਹੀ ਡਰਾਇਆ ਹੋਇਆ ਸੀ ਵੀ ਸਰਪੰਚ ਸਾਹਿਬ ਨੂੰ ਤੁਸੀਂ ਇਹ ਕਹਿ ਦਿਆ ਜੀ ਵੀ ਮਾਤਾ ਮਿਲਣਾ ਨਹੀਂ ਚਾਹੁੰਦੀ। ਅਤੇ ਮਾਤਾ ਸਰਪੰਚ ਸਾਹਿਬ ਸਾਨੂੰ ਜਾ ਕੇ ਕਹਿੰਦੇ ਵੀ ਮਾਤਾ ਮਿਲਣਾ ਨਹੀਂ ਚਾਹੁੰਦੀ। ਅਸੀਂ ਵਾਪਸ ਆ ਗਏ ਹਾਂ ਜੀ, ਅਸੀਂ 2-3 ਵਾਰ ਗਏ ਹਾਂ, ਸਾਨੂੰ ਨਹੀਂ ਮਿਲਾਇਆ। ਫਿਰ ਜੀ ਅਸੀਂ ਇਹ ਮਾਮਾ ਸਾਡੇ ਕੋਲ ਰਹਿੰਦਾ ਜੀ, ਜਿੱਦਣ ਮਾਤਾ ਦੀ ਮੌਤ ਹੋਈ ਆ ਜੀ, ਸਾਨੂੰ ਕੋਈ ਫੋਨ ਨਹੀਂ ਕੀਤਾ, ਨਾ ਕਿਸੇ ਕੋਲ ਸਿਨੇਹਾ ਭੇਜਿਆ ਜੀ, ਅਤੇ ਜੇ ਫੋਨ ਸਾਨੂੰ ਕਰਦੇ ਤਾਂ ਅਸੀਂ ਪਹੁੰਚਦੇ। ਇਹ ਕਿੰਨੇ ਬ੍ਰਦਰ ਸੀ? ਇਹ 5 ਭਰਾ ਸੀ, 5 'ਚੋਂ ਇਹ ਇਕੱਲਾ ਰਹਿ ਗਿਆ ਜੀ ਵੱਡਾ। ਅੱਛਾ ਜੀ। ਇੱਕ ਸਾਡੀ ਜਿਹੜੀ ਇਹਨਾਂ ਦੀ ਭੈਣ, ਉਹ ਸਾਡੀ ਮੰਮੀ ਆ ਜੀ। ਅੱਛਾ ਜੀ। ਹੋਰ ਕੋਈ ਮਾਸੀ ਨਹੀਂ ਹੈਗੀ ਜੀ। ਅੱਛਾ ਜੀ। ਹਾਂਜੀ, ਅਤੇ ਇਕੱਲਾ ਹੀ ਰਹਿ ਗਿਆ ਜੀ ਸਾਡੇ ਕੋਲ। ਮਾਤਾ ਕਿੰਨਾ ਕੋਲ ਰਹਿੰਦੇ ਸੀ ਹੁਣ? ਮਾਤਾ ਕਿੰਨਾ ਕੋਲ ਰਹਿੰਦੀ ਸੀ ਹੁਣ? ਮਾਤਾ ਤਾਏ ਦੇ ਪੋਤਰ ਆ। ਤੇ ਤੁਹਾਨੂੰ ਕੀ ਲੱਗਦਾ ਹੁਣ ਜਿਹੜੀ ਕੀ ਲੱਗਦਾ? ਸ਼ੱਕ ਆ ਜੀ, ਮਾਤਾ ਨੂੰ ਮਾਰਿਆ ਗਿਆ ਵਾ। ਹਾਂਜੀ, ਜ਼ਮੀਨ ਦੇ ਬਦਲੇ। ਤੁਸੀਂ ਜੋ ਸੰਸਕਾਰ ਕਰਨ ਲੱਗੇ, ਤੁਸੀਂ ਮੌਕੇ ਤੇ ਪਹੁੰਚੇ? ਨਹੀਂ ਜੀ, ਕੋਈ ਮੌਕੇ ਤੇ ਨਾ ਸਾਨੂੰ ਫੋਨ ਨਹੀਂ, ਕੋਈ ਜੀ ਪਰਿਵਾਰ ਸਾਡਾ ਕੋਈ ਨਹੀਂ ਪਹੁੰਚਿਆ ਜੀ। ਅੱਛਾ ਜੀ। ਹਾਂਜੀ, ਤੇ ਜਦੋਂ ਹੁਣ ਤੁਸੀਂ ਫੁੱਲਾਂ ਦੇ ਪਹੁੰਚੇ ਸੀ, ਉਹਨਾਂ ਦੇ ਜਦੋਂ ਫੁੱਲ ਚੁਗਣ ਲੱਗੇ? ਫੁੱਲਾਂ ਤੇ ਜੀ ਅਸੀਂ ਕੀ ਕਹਿੰਦੇ ਹੋ, ਫੁੱਲਾਂ ਤੇ ਅਸੀਂ ਗਏ ਆ, ਜਾਂਦਿਆਂ ਨੂੰ ਉਹ ਵੀ ਬੈਠੇ ਆ, ਅਸੀਂ ਵੀ ਪਹੁੰਚ ਗਏ ਆ ਜੀ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਮੁਲਾਜ਼ਮ ਆਉਣਗੇ ਤੇ 10 ਮਿੰਟ ਰੋਕੋ ਤੇ ਫੁੱਲ ਫੇਰ ਚੁਗਾਂਗੇ, ਜਦੋਂ ਮੁਲਾਜ਼ਮ ਜਿਵੇਂ ਕਹਿਣਗੇ ਉਵੇਂ ਅਸੀਂ ਕਰਾਂਗੇ। ਉਹਨਾਂ ਜੀ ਕੋਈ ਗੱਲ ਨਹੀਂ ਸਾਡੀ ਸੁਣੀ, ਨਾ ਕੋਈ ਅਰਦਾਸ ਕਰਾਈ ਨਾ ਕੁਛ, ਉਹਨਾਂ ਦਵਾ ਦਵ ਜਿੱਦਾਂ ਕੂੜਾ ਇਕੱਠਾ ਕਰੀਦਾ ਇੱਦਾਂ, ਉਹਨਾਂ ਫੁੱਲ ਪਾ ਕੇ ਤੋੜੇ 'ਚ ਅਤੇ ਪੈਰਾਂ 'ਚ ਥੱਲੇ ਰੱਖੇ ਆ ਗੱਡੀ 'ਚ। ਮਾਤਾ ਦੇ ਫੁੱਲ ਸ਼ੀਟ 'ਤੇ ਵੀ ਨਹੀਂ ਰੱਖੇ ਜੀ, ਬੇਅਦ ਵੀ ਕੀਤੀ ਆ ਜੀ। ਤੁਹਾਨੂੰ ਲੱਗਦਾ ਕਿ ਇਹ ਲਾਸ਼ ਜਿਹੜੇ ਲਾਸ਼ ਖੁਰਦ ਬੁੱਧ ਕਰਨ ਦਾ ਸੀ ਉਹਨਾਂ ਦਾ? ਹਾਂਜੀ ਹਾਂਜੀ, ਪੂਰਾ ਜੀ, ਸਾਨੂੰ ਇਹ ਹੀ ਆ ਵੀ ਮਾਤਾ ਨੂੰ ਮਾਰਿਆ ਗਿਆ ਜੀ। ਮਾਰਿਆ ਗਿਆ? ਹਾਂਜੀ। ਅਤੇ ਤੁਸੀਂ ਪੁਲਿਸ ਨੂੰ ਤੱਕ ਪਹੁੰਚ ਕੀਤੀ ਹੈ? ਕੋਈ ਕੰਪਲੇਂਟ ਦਿੱਤੀ? ਪੁਲਿਸ ਨੂੰ ਪਹੁੰਚ ਕੀਤੀ ਆ ਜੀ, ਦਰਖਾਸਤ ਦਿੱਤੀ ਆ ਜੀ, ਮੁਲਾਜ਼ਮ ਥਾਣੇਦਾਰ ਪਹੁੰਚਿਆ ਸੀ ਉੱਥੇ ਜੀ, ਜਦੋਂ ਫੁੱਲ ਉਹਨਾਂ ਪਹਿਲਾਂ ਹੀ ਜਾਂਦਿਆਂ ਨੂੰ
ਦਵਾ ਦਵ ਮੁਲਾਜ਼ਮ ਤੋਂ ਪਹਿਲਾਂ ਹੀ ਉਹਨਾਂ ਇਕੱਠੇ ਕਰਕੇ ਪਾਲੇ ਜੀ। ਫਿਰ ਉਹ ਗੱਡੀ ਭਜਾਉਣ ਲੱਗੇ ਸੀ। ਮਾਤਾ ਦਾ ਕੀ ਨਾਮ ਸੀ? ਬਲਵੀਰ ਕੌਰ ਜੀ। ਮੰਗ ਕਰਨੀ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ? ਹਾਂਜੀ ਹਾਂਜੀ, ਮੰਗ ਇਹੀ ਕਰਨਾ ਚਾਹੁੰਦੇ ਹਾਂ ਜੀ, ਪਰਚਾ ਉਹਨਾਂ ਦਾ ਕੱਟਿਆ ਜਾਵੇ ਅਤੇ ਉਹ ਬੰਦੇ ਫੜੇ ਜਾਣੇ। ਇਹ ਮਸਲਾ ਸਾਡੇ ਪਿੰਡ ਬਹੁਪੁਰ ਜਜੀਤ ਦਾ ਜੀ, ਬਹੁਪੁਰ ਕਦੀਮ 'ਚ ਵਾਸੀ ਹੈ ਪੂਰਨ ਸਿੰਘ। ਇਹਨਾਂ ਦੀ ਮਾਤਾ ਦੀ ਮੌਤ ਦਾ ਮਸਲਾ ਜੀ, ਜਿਹੜੀ ਕਿ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਕੋਲ ਰਹਿ ਰਹੀ ਸੀ, ਉਹਨਾਂ ਦੀ ਅਚਾਨਕ ਮੌਤ ਹੋਣ ਦਾ ਪਤਾ ਲੱਗਾ ਇਹਨਾਂ ਨੂੰ ਵੀ ਮੌਤ ਹੋ ਗਈ ਆ, ਅਤੇ ਇਹ ਆਏ ਸਾਡੇ ਕੋਲ, ਸਾਡੇ ਨਾਲ ਪਹੁੰਚ ਕੀਤੀ ਆ, ਅਤੇ ਸਾਨੂੰ ਵੀ ਪਤਾ ਨਹੀਂ ਸੀ, ਅਸੀਂ ਵੀ ਪੁੱਛਗਿੱਛ ਕੀਤੀ ਹੈ ਵੀ ਵਾਕਿਆ ਮਾਤਾ ਦੀ ਮੌਤ ਹੋ ਚੁੱਕੀ ਆ। ਕਿਸੇ ਪਿੰਡ ਵਾਲੇ ਨੂੰ ਦੱਸਿਆ ਗਿਆ, ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ ਗਿਆ। ਮਾਤਾ ਦਾ ਮੁੰਡਾ ਮੌਜੂਦ ਆ, ਮਾਤਾ ਦੇ ਦੋਹਤੇ ਦੋਹਤੀਆਂ ਮੌਜੂਦ ਆ, ਮਾਤਾ ਦੇ ਪੇਕੇ ਮੌਜੂਦ ਆ। ਇਨਸਾਨੀਅਤ ਤੌਰ 'ਤੇ ਵੀ ਹਰੇਕ ਬੰਦੇ ਦਾ ਫਰਜ਼ ਬਣਦਾ ਵੀ ਜੇ ਕੋਈ ਕਿਸੇ ਦੀ ਵੀ ਕੋਈ ਪੁਲਿਸ ਨੂੰ ਲਵਾਰਸ਼ਲਾਸ਼ ਵੀ ਮਿਲ ਜਾਵੇ ਤਾਂ ਉਹਦੇ ਜਿਹੜੇ ਆ ਲਵਾਰਸਾਂ ਦੀ ਭਾਲ ਕਰਕੇ ਅਤੇ ਉਹਨੂੰ ਦਿੰਦੇ ਵੀ ਆਪਣਾ ਜਿਹੜੇ ਅੰਤਮ ਰਿਵਾਜ਼ ਕਰ ਲਓ। ਇਹ ਮਾਤਾ ਦਾ ਸਾਰਾ ਜਿਹੜਾ ਪਰਿਵਾਰ ਜਿਉਂਦੇ ਹੁੰਦੇ ਵੀ ਇਹ ਮਾਤਾ ਦਾ ਚੁੱਪ ਕਰਕੇ ਸੰਸਕਾਰ ਕਰ ਦਿੱਤਾ ਗਿਆ, ਜਿੱਥੋਂ ਕਿ ਪਰਿਵਾਰ ਵਾਲਿਆਂ ਵੱਲੋਂ ਵੀ ਸਾਨੂੰ ਦੱਸਿਆ ਗਿਆ ਕਿ ਇਹ ਮਾਮਲਾ ਸ਼ੱਕੀ ਆ, ਹੋ ਸਕਦਾ ਨਾ ਕਿਸੇ ਲਾਲਚਵਾਸ ਆਣ ਕੇ ਮਾਤਾ ਦੀ ਜਿਹੜੀ ਮੌਤ ਆਪ ਕੀਤੀ ਆ। ਜਿਹੜਾ ਇਹਨਾਂ ਨੂੰ ਮਾਤਾ ਦੇ ਲਾਸਟ ਟਾਈਮ 'ਤੇ ਸੱਦਿਆ ਨਹੀਂ ਗਿਆ, ਲਾਸ਼ ਖੁਰਦ ਬੁਰਦ ਕਰਨ ਦਾ ਮਾਮਲਾ ਲੱਗਦਾ, ਪਰਿਵਾਰ ਨੇ ਸਾਡੇ ਕੋਲ ਆਣ ਕੇ ਗੱਲ ਕੀਤੀ ਆ। ਅਸੀਂ ਚਾਹੁੰਦੇ ਵੀ ਇਹਨਾਂ ਨੂੰ ਜੋ ਵੀ ਇਨਸਾਫ ਆ ਮਿਲਣਾ ਚਾਹੀਦਾ, ਪੁਲਿਸ ਪ੍ਰਸ਼ਾਸਨ ਇਨਸਾਫ ਦਵਾਵੇ, ਜੋ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ। ਇਹ ਕਿਹੜੇ ਪਿੰਡ ਮਾਤਾ ਦਾ ਸੰਸਕਾਰ ਕੀਤਾ ਗਿਆ? ਇਹ ਮਾਤਾ ਦਾ ਸੰਸਕਾਰ ਕੀਤਾ ਗਿਆ ਨਵੀਪੁਰ ਪਿੰਡ। ਨਵੀਪੁਰ ਅਤੇ ਮੌਕੇ 'ਤੇ ਪਹੁੰਚੇ ਪਰਿਵਾਰ ਉਸ ਟਾਈਮ? ਮੌਕੇ 'ਤੇ ਪਰਿਵਾਰ ਹੀ ਪਹੁੰਚਿਆ, ਮੈਂ ਪਰਿਵਾਰ ਦੇ ਨਾਲ ਗਿਆ ਵਾਂ। ਅੱਛਾ ਜੀ। ਮੇਰੇ ਵੀ ਇਹ ਪਰਿਵਾਰ ਨਾਨਕੇ ਪਰਿਵਾਰ ਵੱਲੋਂ ਆ। ਠੀਕ ਹੈ ਜੀ। ਅਤੇ ਅਸੀਂ ਵੀ ਨਾਲ ਗਏ ਹਾਂ, ਮੇਰੇ ਮਾਤਾ ਜੀ ਵੀ ਗਏ ਆ। ਲਾਸਟ ਟਾਈਮ 'ਤੇ ਤਾਂ ਹਰੇਕ ਬੰਦਾ ਦੁਸ਼ਮਣ 'ਤੇ ਜਾਂਦਾ, ਸਾਡੇ ਆਪਣੇ ਹੀ, ਅਸੀਂ ਫੁੱਲ ਚੁੱਕਣ ਵਾਸਤੇ ਗਏ ਹਾਂ, ਪਰ ਉੱਥੇ ਸਾਡੇ ਜਾਣ ਤੋਂ ਪਹਿਲਾਂ ਦੂਸਰੇ ਬੰਦੇ ਮੌਜੂਦ ਸੀ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਫੁੱਲ ਨਾ ਚੁਗੋ, ਆਪਾਂ ਸਹਿਮਤੀ ਨਾਲ ਫੁੱਲ ਚੁੱਕ ਲਈਏ, ਤੁਸੀਂ ਪਹਿਲਾਂ ਤਾਂ ਲਾਸ਼ ਖੁਰਦ ਬੁਰਦ ਕਰ ਦਿੱਤੀ ਹੈ, ਹੁਣ ਲਾਸਟ ਟਾਈਮ 'ਤੇ ਉਹਦਾ ਪੋਤਾ ਆ, ਅਖੀਰਲੀ ਜਿਹੜੀ ਰਸਮ ਆ ਉਹ ਪੂਰਨ ਸਿੰਘ ਨੂੰ ਕਰਨ ਦਿਓ। ਪਰ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ, ਆਪਦੀ ਮਰਜ਼ੀ ਨਾਲ ਹਫੜਾ ਦਫੜੀ ਨਾਲ ਬਾਬਾ ਗੁਰਦੁਆਰਾ ਸਾਹਿਬ ਦਾ ਭਾਈ ਆ, ਉਹਨੂੰ ਅਰਦਾਸ ਵੀ ਨਹੀਂ ਕਰਨ ਦਿੱਤੀ, ਫੁੱਲ ਚੁੱਕ ਕੇ ਦੋ ਦੋ ਇਕੱਠੇ ਕਰਕੇ ਸਾਰਾ ਕੁਝ ਬੋਰੀ 'ਚ ਸਮੇਟ ਦਿੱਤਾ, ਅਤੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜੀ। ਸ਼ੱਕੀ ਲੱਗ ਰਿਹਾ ਤੁਹਾਨੂੰ ਮਾਮਲਾ ਇਹ? ਵੇਖੋ ਜੀ, ਜਿਹੜੇ ਜੇ ਇਹ ਹਾਲਾਤਾਂ ਮੁਤਾਬਕ ਇਹ ਤਾਂ ਮਾਮਲਾ ਸ਼ੱਕੀ ਆ, ਜੇ ਕੋਈ ਉਹਨਾਂ ਨੇ ਗਲਤ ਗੁਣਾਹ ਨਹੀਂ ਕੀਤਾ, ਫਿਰ ਪੂਰਨ ਸਿੰਘ ਨੂੰ ਬੜੇ ਆਰਾਮ ਨਾਲ ਆਇਆ ਸੀ, ਉਹਨੂੰ ਫੁੱਲ ਚੁਗਣ ਦਿੰਦੇ ਪਹਿਲੇ ਨੰਬਰ 'ਤੇ, ਇਹਨੂੰ ਪਹਿਲਾਂ ਸਾਦੇ ਵੀ ਤੇਰੀ ਮਾਤਾ ਡੈਥ ਹੋ ਗਈ ਆ, ਭਾਵੇਂ ਉਹਦੇ ਨਾਲ ਦੂਰ ਰਹਿੰਦਾ ਸੀ ਪੁੱਤ ਦੇ ਉਸੇ ਮਾਂ ਦਾ ਸੀ, ਉਹਨਾਂ ਇਹਦਾ ਹੱਕ ਬਣਦਾ ਸੀ, ਲਾਸਟ ਟਾਈਮ 'ਤੇ ਆਣ ਕੇ ਮਾਤਾ ਦਾ ਮੂੰਹ ਵੇਖਦਾ, ਰਿਸ਼ਤੇਦਾਰਾਂ ਦਾ ਬਣਦਾ ਸੀ। ਮਾਮਲਾ ਸ਼ੱਕੀ ਤਾਂ ਲੱਗਦਾ ਜੀ, ਜਿਹੜਾ ਉਹਨਾਂ ਨੇ ਮਾਤਾ ਨੂੰ ਲਾਸਟ ਟਾਈਮ 'ਤੇ ਵਿਖਾਇਆ ਨਹੀਂ ਗਾ, ਕੀ ਗੜਬੜ ਹੋ ਸਕਦੀ, ਤੁਸੀਂ ਜਾਂ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਜੀ ਇਹ ਕਾਰਨ ਕੀ ਹੈ ਜੀ? ਹਾਂਜੀ ਵੀਰ ਜੀ, ਮੇਰਾ ਨਾਮ ਗੁਰਵਿੰਦਰ ਸਿੰਘ ਹੈ, ਪਿੰਡ ਨਵੀਪੁਰ। ਦੇਖੋ ਜੀ, ਜਿਹੜੇ ਆਰੋਪ ਲੱਗ ਰਹੇ ਨੇ ਬਿਲਕੁਲ ਝੂਠੇ ਨੇ, ਬਿਲਕੁਲ ਬੇਬੁਨਿਆਦ, ਇਹਨਾਂ 'ਚ ਰੱਥਾ ਭਰ ਵੀ ਸੱਚਾਈ ਨਹੀਂ ਹੈਗੀ। ਤਕਰੀਬਨ 95+ ਉਮਰ ਮਾਤਾ ਜੀ ਦੀ ਹੈਗੀ ਸੀ, ਅਤੇ ਉਹ ਤਾਂ ਆਪਾਂ ਨੂੰ ਪਤਾ ਵੀ ਬਜ਼ੁਰਗ ਮਾਤਾ ਸੀ, ਅਤੇ ਉਹਦਾ ਜਿੰਨੀ ਕਾਰਜੂ ਪਰਮਾਤਮਾ ਨੇ ਬਖਸ਼ੀ ਉਨੀ ਭੁਗਣੀ ਆ। ਅਤੇ ਇਹ ਬਾਕੀ ਇਹ 15-18 ਸਾਲ ਤੋਂ ਮੇਰੇ ਕੋਲ ਰਹਿ ਰਹੇ ਸਨ, ਇਹਨਾਂ ਦਾ ਇਹ ਬੇਟਾ ਵੀ ਮੇਰੇ ਕੋਲ ਹੀ ਰਹਿ ਰਿਹਾ ਸੀ। ਲੇਕਿਨ ਇਹਦੇ ਕੁਛ ਜਦੋਂ ਪਹਿਲਾਂ ਠੀਕ ਰਿਹਾ 2 ਸਾਲ, ਫਿਰ ਇਹ ਸ਼ਰਾਬ ਪਿਆਲਾ ਪੀਣ ਕਰਕੇ ਅਤੇ ਇਹਦੇ ਲੱਛਣ ਮਾੜੇ ਹੋ ਗਏ, ਜਿਹਦਾ ਕਰਕੇ ਫਿਰ ਅਸੀਂ ਇਹਨੂੰ ਇਹ ਆਪੇ ਹੀ ਘਰੋਂ ਚਲੇ ਗਿਆ, ਇਹ ਫਿਰ ਆਪਣੇ ਭਾਣਜਿਆਂ ਦੇ ਕੋਲ ਚਲ ਗਿਆ। ਅਤੇ ਮੁੜ ਕੇ ਭਾਣਜਿਆਂ ਨੇ ਵੇਖਿਆ ਵੀ ਹੁਣ ਮਾਮਾ ਜੀ ਆ ਗਏ ਨੇ, ਅਤੇ ਮਾਮਾ ਕੋਲ ਜਿਹੜੀ ਕੁਪੈਲੀ ਹੈਗੀ ਸੀ ਥੋੜ੍ਹੀ ਬਾਰੀ, ਇਹਨਾਂ ਨੂੰ ਇਹ ਸੀ ਵੀ ਇਹ ਵੀ ਆਪਾਂ ਹੁਣ ਹੜੱਪੀਏ ਕਿਸੇ ਤਰੀਕੇ। ਇਹਨਾਂ ਆਪਣੇ ਮਾਮਾ ਜੀ ਨੂੰ ਲਿਆ ਕੇ ਅਤੇ ਨਾਲ ਹੀ ਮਾਤਾ ਜੀ ਨੂੰ ਲਿਜਾਣ ਦੀ ਕੋਸ਼ਿਸ਼ ਵੀ ਕੀਤੀ, ਅਤੇ ਮਾਤਾ ਨੇ ਸਾਫ਼ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਜਾਣਾ। ਪਰ ਫਿਰ ਵੀ ਇਹ 2 ਕਿੱਲੇ ਜ਼ਮੀਨ ਪਹਿਲਾਂ ਇਹ ਪਰੇ ਪੰਚਾਇਤਾਂ ਦੇ ਵਿੱਚ ਧੀ ਜਵਾਈ ਇਹਨਾਂ ਦਾ ਮਾਤਾ ਦਾ ਆ ਕੇ ਅਤੇ ਉਹ ਆਪਦੀ ਵੇਚ ਗਿਆ। 3 ਕਿੱਲੇ ਫਿਰ ਇਹ ਮਾਮੇ ਦੇ ਰਾਹੀਂ ਆਪਣੀ ਵੇਚ ਕੇ
ਅਤੇ ਸਾਰਾ ਪੈਸਾ ਆਪਦੇ ਕੋਲ ਲੈ ਗਏ, ਨਾਲ ਹੀ ਮਾਮੇ ਨੂੰ ਲੈ ਗਏ, ਮਾਤਾ ਨੂੰ ਸਾਡੇ ਕੋਲ ਛੱਡ ਗਏ। ਇਹਨਾਂ ਨੇ ਮੁੜ ਕੇ ਉਸ ਤੋਂ ਬਾਅਦ ਮਾਤਾ ਵੱਲ ਵੇਖਿਆ ਵੀ ਨਹੀਂ, ਪੁੱਛਿਆ ਵੀ ਨਹੀਂ ਵੀ ਤੂੰ ਹੈਗੀ ਆ, ਤੂੰ ਮਰ ਗਈ ਆ ਜਾਂ ਕਿਰਤ ਕੀ ਹਾਲਾਤ ਆ ਤੇਰੇ, ਇਹਨਾਂ ਨੇ ਮਗਰੋਂ ਕੋਈ ਸਾਰ ਨਹੀਂ ਲਈ ਹੈਗੀ। ਦੇਖੋ ਵੀਰ ਜੀ, ਮਾਤਾ ਦੇ ਨਾਂ 'ਤੇ ਕੋਈ ਵੀ ਪ੍ਰੋਪਰਟੀ ਨਹੀਂ ਹੈਗੀ ਇਸ ਟਾਈਮ, ਬੇਸ਼ੱਕ ਰਿਕਾਰਡ ਕਰਾ ਕੇ ਦੇਖ ਲੈਣ ਜੇ ਕੋਈ ਮਾਤਾ ਦੇ ਨਾਂ 'ਤੇ ਕੋਈ ਪ੍ਰੋਪਰਟੀ ਬੋਲਦੀ ਹੈ। ਮਾਤਾ ਦੇ ਨਾਂ 'ਤੇ ਕੋਈ ਜ਼ਮੀਨ ਨਹੀਂ, ਇਹ ਤਾਂ ਐਵੇਂ ਝੂਠੀਆਂ ਗੱਲਾਂ ਨੇ, ਜੋ ਮਰਜ਼ੀ ਕੋਈ ਮੂੰਹ ਨਾਲ ਕਹੀ ਜਾਵੇ, ਕੋਈ ਪ੍ਰੂਫ ਹੋਵੇ ਤਾਂ ਫਿਰ ਸਾਹਮਣੇ ਦੱਸੇ ਵੀ ਆਹ ਦੇਖੋ ਜੀ ਇਹ ਮਾਤਾ ਦੇ ਨਾਂ ਆਹ ਜ਼ਮੀਨ ਬੋਲਦੀ ਹੈ ਜੀ, ਆਹ ਇਹਨਾਂ ਨੇ ਤੜਵਾ ਕੇ ਆਪਦੇ ਨਾਂ ਕਰ ਲਈ ਹੈ ਅਤੇ ਉਹਦਾ ਕਰਕੇ ਉਹਦਾ ਕਤਲ ਕਰਤਾ, ਉਹ ਸਾਬਤ ਕਰ ਦੇਣ ਸਾਡੇ ਸਾਹਮਣੇ, ਅਤੇ ਅਸੀਂ ਵੀ ਮੰਨ ਜਾਵਾਂਗੇ ਵੀ ਠੀਕ ਹੈ ਜੀ ਇਹ ਮਾਤਾ ਦੀ ਪ੍ਰੋਪਰਟੀ ਅਸੀਂ ਕਰ ਲੈ ਲਈਏ। ਦੇਖੋ ਜੀ ਇਹਨੇ ਮਾਤਾ ਦੇ ਬੇਟੇ ਸੀ ਚਾਰ, ਜਿਹਨਾਂ ਚੋਂ ਤਿੰਨ ਦੀ ਡੈਥ ਹੋ ਗਈ, ਇੱਕ ਧੀ ਸੀ ਅਤੇ ਧੀ ਉਹਨਾਂ ਨੇ ਚਲੋ ਵਿਆਹ ਦਿੱਤੀ ਅਤੇ ਬੇਟੇ ਇਹਨਾਂ ਦੀ ਡੈਥ ਹੋ ਗਈ ਅਤੇ ਇਹ ਮਾਂ ਪੁੱਤ ਦੋਨੇ ਇਕੱਲੇ ਰਹਿ ਗਏ, ਤਿੰਨਾਂ ਬੇਟਿਆਂ ਦੀ ਡੈਥ ਹੋ ਗਈ ਇਹਨਾਂ ਦੀ ਅਤੇ ਬਜ਼ੁਰਗ ਹਾਲਤ ਦੇ ਵਿੱਚ ਹੈਗੇ ਸੀ ਅਤੇ ਇੱਕ ਇਹਨਾਂ ਨੇ ਤੰਬੂ ਜਿਹਾ ਲਾਇਆ ਹੁੰਦਾ ਸੀ ਅਤੇ ਉੱਥੇ ਹੋਰ ਕੋਈ ਇਹਨਾਂ ਕੋਈ ਹਿੱਲਾ ਵਸੀਲਾ ਨਹੀਂ ਸੀ ਹੈਗਾ ਰਹਿਣ ਦਾ, ਅਤੇ ਨਾ ਇਹ ਮਾਤਾ ਬਜ਼ੁਰਗ ਸੀ ਤਾਂ ਰੋਟੀ ਪੱਕਦੀ ਸੀ, ਬਹੁਤ ਮੰਦੇ ਹਾਲਾਤ ਸੀ ਅਤੇ ਅਸੀਂ ਇਹਨਾਂ 'ਤੇ ਤਰਸ ਖਾ ਕੇ ਇਹਨਾਂ ਨੂੰ ਆਪਣੇ ਕੋਲ ਲੈ ਆਏ ਹਾਂ। ਫਿਰ ਉਦੋਂ ਆ ਕੇ ਅਤੇ ਇਹਨਾਂ ਦੋਵਾਂ ਮਾਂ ਪੁੱਤਾਂ ਨੂੰ ਨਵਾ ਧਵਾ ਕੇ ਸਾਫ਼ ਸੁਥਰੇ ਕੱਪੜੇ ਪਾਏ, ਇਹਨਾਂ ਦਾ ਬਹੁਤ ਟੱਪਰੀ ਵਸਾਂ ਵਾਲਾ ਹਾਲ ਸੀ ਉਸ ਟਾਈਮ। ਅਤੇ ਉਹ ਆ ਬਾਬਾ ਗਿਆਨ ਸਿੰਘ ਜੀ ਮੇਰੇ ਨਾਲ ਸੀ, ਜਿੱਦਣ ਪਹਿਲੇ ਦਿਨ ਪੂਰਨ ਸਾਡੇ ਘਰ ਆਇਆ ਅਤੇ ਕੀ ਇਹਦੇ ਹਾਲਾਤ ਸੀ, ਅਤੇ ਅਸੀਂ ਇਹਨਾਂ ਨੇ ਸਾਡੀ ਇਸ ਵਿੱਚ ਸਹਾਇਤਾ ਕੀਤੀ ਵੀ ਉਹਨੂੰ ਸਾਫ਼ ਸੁਥਰਾ ਕਰਨ ਦੇ ਵਿੱਚ, ਅਤੇ ਮੁੜ ਕੇ ਉਦੋਂ ਤੋਂ ਹੀ ਉਹ ਫਿਰ ਸਾਡੇ ਕੋਲ ਹੀ ਰਹਿੰਦੇ ਰਹੇ ਆ। ਇਹ ਮੁੜ ਕੇ ਇਹਦੇ ਲੱਛਣ ਮਾੜੇ ਹੋਣ ਕਰਕੇ ਅਤੇ ਇਹ ਇੱਥੋਂ ਗਿਆ ਵਾ, ਨਹੀਂ ਤਾਂ ਅਸੀਂ ਇਹਨੂੰ ਨਹੀਂ ਕੱਢਦੇ। ਪੂਰਨ ਸਿੰਘ ਦੇ ਪਾਰਨ, ਦੇਖੋ ਜੀ ਇਹ ਸ਼ਰਾਬ ਪਹਿਲਾਂ ਪੀਂਦਾ ਸੀ ਅਤੇ ਇਹ ਪਹਿਲਾਂ ਤਾਂ ਵੀ ਇਹਦੀ ਦਿਮਾਗੀ ਹਾਲਤ ਖਰਾਬ ਹੋ ਜਾਂਦੀ ਸੀ, ਉਹਦਾ ਕਰਕੇ ਗਾਲੀ ਗਲੋਚ ਕਰਦਾ ਸੀ, ਮਾਤਾ ਨੂੰ ਵੀ ਕਰਦਾ ਸੀ, ਸਾਡੇ ਨਾਲ ਵੀ, ਅਤੇ ਪਿੰਡ ਵਾਲੇ ਵੀ ਇਸ ਤੋਂ ਆਤਰ ਸੀ, ਯਾਰ ਤੁਸੀਂ ਕੀ ਰੋਜ਼ ਦਾ ਕੰਜਰਖਾਨਾ ਪਾਇਆ ਵੀ ਰੋਜ਼ ਤੁਹਾਨੂੰ ਕੜਾ ਛਡਾਵੇ, ਅਤੇ ਇਸ ਕਰਕੇ ਫਿਰ ਇਹ ਘਰੋਂ ਚਲੇ ਗਿਆ। ਦੇਖੋ ਜੀ ਉਹ ਦਰਖਾਸਤ ਬਿਲਕੁਲ ਹੀ ਬੇਬਨਾਹ ਅਤੇ ਝੂਠੀ ਆ, ਉਹਦੇ ਵਿੱਚ ਰਤਾ ਭਰ ਵੀ ਸੱਚਾਈ ਨਹੀਂ ਹੈਗੀ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਇਹ ਨਜਾਇਜ਼ ਆ, ਧੱਕਾ ਹੋ ਰਿਹਾ ਬਿਲਕੁਲ ਹੀ, ਅਤੇ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ। ਦੇਖੋ ਜੀ ਸੂਚਿਤ ਤਾਂ ਹੀ ਕੀਤਾ ਜਾਂਦਾ ਨਾ ਵੀ ਜੇ ਇਹ ਮਾਤਾ ਨੂੰ 15 ਸਾਲ ਤੱਕ ਆਣ ਕੇ ਇਹਨੇ ਦੇਖਿਆ ਤੱਕ ਨਹੀਂ, ਜੇ ਇਹ ਮਾਤਾ ਇਹਦੀ ਸੀ ਜਾਂ ਦੋਤਿਆਂ ਦੀ ਨਾਨੀ ਸੀ, ਉਹ ਇੱਕ ਵਾਰੀ ਵੀ ਆ ਕੇ ਪਤਾ ਲੈਂਦੇ ਜਾਂ ਫੋਨ ਕਰਦੇ ਜਾਂ ਸਾਨੂੰ ਨੰਬਰ ਦਿੰਦੇ ਵੀ ਇਸ ਨੰਬਰ 'ਤੇ ਸਾਨੂੰ ਮਾਤਾ ਦਾ ਪਤਾ ਦੱਸ ਦੇ ਰਹੇ ਹੋ ਜਾਂ ਸਾਡਾ ਨੰਬਰ ਲੈ ਕੇ ਸਾਨੂੰ ਕਾਲ ਕਰਦੇ, ਪਰ ਇਹਨਾਂ ਨੇ ਕੋਈ ਕਦੀ ਵੀ ਸੰਪਰਕ ਨਹੀਂ ਕਰਨ ਦੀ ਕੋਸ਼ਿਸ਼ ਕੀਤੀ। ਜੇ ਕੀਤੀ ਹੈ ਤਾਂ ਸਾਡੇ ਪਿੰਡ ਦੇ ਵਿੱਚ ਹੈ, ਸਾਰਿਆਂ ਨੂੰ ਪੁੱਛ ਲਓ ਵੀ ਕਦੇ ਵੀ ਇਹ ਆ ਕੇ ਕਿਸੇ ਨੂੰ ਕਿਹਾ ਹੋਵੇ ਇਹਨਾਂ ਨੇ, ਜਾਂ ਕੋਈ ਇਸ ਸੰਬੰਧੀ ਕੋਈ ਦਰਖਾਸਤ ਦਿੱਤੀ ਹੋਵੇ ਵੀ ਸਾਡੀ ਮਾਤਾ ਇਹਨਾਂ ਦੇ ਕੋਲ ਆ ਜੀ, ਸਾਨੂੰ ਇਹ ਮਿਲਣ ਨਹੀਂ ਦਿੰਦੇ, ਉਹ ਸਾਨੂੰ ਦੱਸਣ ਵੀ ਆਹ ਦੇਖੋ ਜੀ ਅਸੀਂ ਇਦੋਂ ਆਏ ਹਾਂ ਇਦੋਂ ਆਏ, ਇਹ ਤਾਂ ਐਵੇਂ ਜਾਣ ਕੇ ਕਹੀ ਜਾਂਦੇ ਆ ਵੀ ਅਸੀਂ ਆਏ ਜੀ ਸਾਨੂੰ ਮਿਲਣ ਨਹੀਂ ਦਿੱਤਾ, ਪਰ ਇਹ ਕਦੀ ਵੀ ਨਹੀਂ ਪਤਾ ਲੈਣ ਆਏ ਬਾਤ। ਹਾਂਜੀ ਇਹ ਜੇ ਤਾਂ ਅਸਤ ਚੁਗਣਾ ਕਿਸੇ ਤਰੀਕੇ ਨਾਲ ਆਉਂਦੇ ਵੀ ਠੀਕ ਹੈ ਜੀ ਸਾਡੀ ਮਾਤਾ ਜੀ ਅਸੀਂ ਇਹਦੇ ਅਸਤ ਚੁਗਣੇ ਆ ਤੇ ਚਲੋ ਅਸੀਂ ਤੁਹਾਡੇ ਨਾਲ, ਪਰ ਇਹ ਆ ਕੇ ਕਹਿਣ ਲੱਗੇ ਬਾਬਾ ਜੀ ਅਰਦਾਸ ਨਹੀਂ ਕਰਨੀ, ਫੁੱਲਾਂ ਨੂੰ ਕੋਈ ਹੱਥ ਨਾ ਲਾਇਓ, ਇਹ ਇਹਦੇ ਵਾਰਸ ਅਸਲੀ ਆ ਗਏ ਆ, ਹੁਣ ਇਹ ਚੁਗਣ ਕੇ ਫੁੱਲ ਜੀ ਤੁਸੀਂ ਪਾਸੇ ਹੋ ਜਾਓ ਸਾਰੇ, ਅਸੀਂ ਇਹ ਕਰਦੇ ਹਾਂ ਜੋ ਕਰਦੇ ਹਾਂ ਵੀ ਇਹਨਾਂ ਨੇ ਉੱਥੇ ਪੂਰਾ ਖੱਪ ਖਾਨਾ ਸ਼ੁਰੂ ਕਰ ਦਿੱਤਾ, ਅਤੇ ਉਹਦੇ ਵਿੱਚ ਸਾਨੂੰ ਵੀ ਗੁੱਸਾ ਆਇਆ ਵੀ ਤੁਸੀਂ ਇਹ ਅਸੀਂ 15 ਸਾਲ ਤੋਂ ਤੁਸੀਂ ਇਹਦਾ ਪਤਾ ਨਹੀਂ ਲਿਆ, ਅੱਜ ਤੁਸੀਂ ਜੇ ਮਾਤਾ ਦਾ ਚਲਾਣਾ ਕਰ ਗਏ ਨੇ ਤਾਂ ਅੱਜ ਤੁਸੀਂ ਆ ਕੇ ਇਹਦੇ ਵਾਰਸ ਬਣ ਕੇ ਬਹਿ ਗਏ, ਜੇ ਤੁਹਾਡੀ ਮਾਤਾ ਸੀ ਤਾਂ ਤੁਸੀਂ 15-16 ਸਾਲ ਦੇ ਕਿੱਥੇ ਗਏ ਸੀ, ਤੁਸੀਂ ਉਦੋਂ ਆ ਕੇ ਇਹਦਾ ਪਤਾ ਪੁੱਛਦੇ, ਹਾਲ ਚਾਲ ਪੁੱਛਦੇ, ਪਰ ਉਦੋਂ ਤਾਂ ਤੁਸੀਂ ਆਏ ਨਹੀਂ ਤਾਂ ਹੁਣ ਅਸੀਂ ਤੁਹਾਨੂੰ ਕਿੱਦਾਂ ਇਸ ਤਰ੍ਹਾਂ ਹੱਥ ਲਾਉਣ ਦੀ,
ਨਾਲੇ ਮਾਤਾ ਜੀ ਕਹਿ ਰਹੇ ਸੀ ਕਿ ਤੁਸੀਂ ਮੇਰਾ ਕੋਈ ਵੀ ਕਿਸੇ ਵੀ ਮੇਰੇ ਪੇਕੇ ਪਰਿਵਾਰ ਤੋਂ ਵੀ ਮੇਰਾ ਖਫਾ ਨਾ ਲਿਓ, ਕਿਉਂਕਿ ਉਹਨਾਂ ਨੇ ਵੀ ਕਿਸੇ ਨੇ ਸਾਰ ਨੇ ਲਈ ਕਨੇਡਾ ਅਮਰੀਕਾ ਦੇ ਵਿੱਚ ਉਹਦਾ ਪੇਕਾ ਪਰਿਵਾਰ ਆ, ਪਰ ਉਹਨਾਂ ਵੀ ਇਸ ਮਾਤਾ ਦਾ ਹਾਲ ਚਾਲ ਨਹੀਂ ਪੁੱਛਿਆ। ਅਸੀਂ ਸਰ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਤੋਂ ਨਾ 2-2.5 ਸਾਲ ਪਹਿਲਾਂ ਇਹ ਸਾਡੇ ਘਰ ਆਏ ਸੀ, ਮੇਰੀ ਮੰਮੀ ਸਰਪੰਚ ਆ ਜਿੱਦਾਂ, ਤੇ ਉਹ ਸਾਡੇ ਘਰ ਆਏ ਤੇ ਮੇਰੇ ਫਾਦਰ ਸਾਹਿਬ ਤੇ ਮੇਰੀ ਮੰਮੀ ਇਹਨਾਂ ਦੇ ਘਰ ਆਏ ਮਾਤਾ ਕੋਲ, ਵੀ ਕਹਿੰਦੇ ਵੀ ਤੁਸੀਂ ਤੁਹਾਡੇ ਭਾਣਜੇ ਤੁਹਾਡਾ ਬੇਟਾ ਲੈਣ ਆਇਆ, ਤੁਸੀਂ ਜਾਣਾ ਵਾ, ਤੇ ਮਾਤਾ ਕਹਿੰਦੀ ਵੀ ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖਣਾ ਚਾਹੁੰਦੀ, ਵੀ ਮੇਰੀ ਮਰੀ ਨੂੰ ਵੀ ਉਹ ਹੱਥ ਨਾ ਲਾਉਣ, ਵੀ ਮੈਂ ਨਹੀਂ ਉਹਨਾਂ ਕੋਲ ਜਾਣਾ। ਫਿਰ ਜਦੋਂ ਮਾਤਾ ਨੇ ਕਿਹਾ ਉਹ ਹੀ ਇਹਨਾਂ ਨੂੰ ਆ ਕੇ ਦੱਸਤਾ, ਫਿਰ ਇਹ ਚੱਲ ਗਏ। ਫਿਰ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਆਪਦੇ 10 ਬੰਦੇ ਪਿੰਡ 'ਚੋਂ ਲਿਆਓ, 10 ਬੰਦੇ ਆਪਾਂ ਸਾਡੇ ਪਿੰਡ ਦੇ ਇਕੱਠੇ ਕਰਾਂਗੇ, ਤਾਂ ਆਪਾਂ ਉਹਨਾਂ ਨੂੰ ਪੁੱਛ ਲਾਂਗੇ। ਕਹਿੰਦੇ ਮਾਤਾ ਨੂੰ ਅਗਵਾਹ ਕੀਤਾ ਉਹਨਾਂ ਨੇ ਵੀ ਮਾਤਾ ਨੂੰ ਕਿਉਂ ਨਹੀਂ ਜਾਣ ਦਿੰਦੇ ਹੋ। ਸੰਸਕਾਰ ਹੋਇਆ ਮਾਤਾ ਦਾ ਤੁਹਾਨੂੰ ਸਾਰੇ ਪਿੰਡ ਨੂੰ ਪਤਾ ਸੀ ਇਸ ਗੱਲ? ਹਾਂਜੀ ਬਿਲਕੁਲ ਜੀ, ਸਾਰੇ ਪਿੰਡ ਦੇ ਸਾਹਮਣੇ ਹੋਇਆ, ਸਾਰਾ ਪਿੰਡ ਉੱਥੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਮੁੱਚੀ ਸੰਗਤ ਨੂੰ ਪਤਾ ਹੀ ਆ, ਮੈਂ ਸਰਵਣ ਸਿੰਘ ਬਾਬੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ, ਜੋ ਇਹ ਭੇਦ ਭਰੇ ਹਾਲਾਤਾਂ 'ਚ ਮੌਤ ਦੱਸ ਰਿਹਾ, ਭੇਦ ਭਰੇ ਹਾਲਾਤਾਂ 'ਚ ਮੌਤ ਨਹੀਂ ਗੀ, ਇਹ ਜਨਤਕ ਮੌਤ ਆ। ਇਹ ਪਿਛਲੇ 16-17 ਸਾਲ ਤੋਂ ਲਗਾਤਾਰ ਇਹ ਮੁੰਡੇ ਇਹ ਮਾਤਾ ਦੀ ਸੇਵਾ ਕਰ ਰਹੇ ਆ, ਜੋ ਸਾਡੇ ਪਿੱਛੋਂ ਬਾਬੂਪੁਰ ਦੇ ਨਾਲ ਹੀ ਸੰਬੰਧਿਤ ਆਏ, ਕੁਛ ਜਾਇਦਾਦਾਂ ਜ਼ਮੀਨਾਂ ਇਹਨਾਂ ਦੀਆਂ ਸਾਡੇ ਨਾਲ ਪਿੱਛੇ ਲੱਗਦੀਆਂ, ਅਤੇ ਇਹਨਾਂ ਮੁੰਡਿਆਂ ਦੇ ਨਾਲ ਸਾਡਾ ਤਕਰੀਬਨ 3 ਪੀੜ੍ਹੀਆਂ ਤੋਂ ਸਾਡਾ ਇਹਨਾਂ ਨਾਲ ਵਾਹ ਵਾਸਤਾ ਵਾ। ਇਹ ਮਾਤਾ ਨੂੰ ਕੋਈ ਨਹੀਂ ਸੰਭਾਲਦਾ, ਛੱਡ ਕੇ ਗਏ ਆ। 4 ਬੇਟੇ ਮਾਤਾ ਦੇ, 1 ਲੜਕੀ ਸੀ, 3 ਬੇਟਿਆਂ ਦੀ ਮੌਤ ਹੋ ਗਈ, ਅਤੇ 1 ਬੇਟਾ ਦੇ ਮਾਤਾ ਜਿਹੜੀ ਆ ਇਹ ਇਹਨਾਂ ਦੇ ਕੋਲੋਂ ਭਰਾ ਦੇ ਜੇਠਾਂ ਕੋਲ, ਜੇਠ ਦੇ ਪੋਤਰਿਆਂ ਕੋਲ ਆ ਗਈ। ਇਹਨਾਂ ਨੇ ਬਹੁਤ ਵੱਡੀ ਸਾਂਭ ਸੰਭਾਲ ਕੀਤੀ, ਅਤੇ ਜਿਹੜਾ 4th ਬੇਟਾ ਪੂਰਨ ਸਿੰਘ, ਇਹਦਾ ਬਹੁਤ ਰਵੱਈਆ ਮਾਤਾ ਦੇ ਪ੍ਰਤੀ ਵੀ ਬਹੁਤ ਘਟੀਆ ਸੀ, ਜਿਹੜਾ ਅਸੀਂ ਤੁਹਾਨੂੰ ਮੀਡੀਆ ਸਾਹਮਣੇ ਵੀ ਦੱਸਣ ਯੋਗ ਨਹੀਂ, ਪਰ ਇਹਨਾਂ ਮੁੰਡਿਆਂ ਦੇ ਨਾਲ ਵੀ ਬਹੁਤ ਮਾੜਾ ਰਵੱਈਆ ਦਾ ਰਿਹਾ। ਪੂਰੇ 4 ਸਾਲ ਇਹਨਾਂ ਨੇ ਫਿਰ ਵੀ ਉਹਦੀ ਸਾਂਭ ਸੰਭਾਲ ਬਹੁਤ ਕੀਤੀ, ਪਰ ਫਿਰ ਉਹਨਾਂ ਦੇ ਭਣੇਵੇ ਆਏ ਅਤੇ ਉਹ ਉਹਨੂੰ ਲੈ ਗਏ। ਮਾਤਾ ਨੇ ਇਹ ਗੱਲ ਆਖੀ ਕਿ ਮੈਂ ਨਾ ਆਪਦੇ ਬੱਚੇ ਦੀ, ਅਤੇ ਨਾ ਆਪਦੇ ਦੋਹਤਿਆਂ ਦੀ, ਨਾ ਆਪਦੇ ਜਵਾਈ ਦੀ, ਅਤੇ ਨਾ ਆਪਦੀ ਧੀ ਦੀ ਮੈਂ ਸ਼ਗਲ ਨਹੀਂ ਵੇਖਣਾ ਚਾਹੁੰਦੀ। ਜਿੱਦਣ ਮੈਂ ਮਰ ਵੀ ਗਈ, ਮੈਨੂੰ ਇਹਨਾਂ ਦਾ ਹੱਥ ਨਾ ਲੱਗੇ, ਮੈਨੂੰ ਇਹਨਾਂ ਦੇ ਦਰਸ਼ਨ ਨਾ ਕਰਾਇਓ। ਜੋ ਇਲਾਕੇ ਭਰ ਦੀ ਸੰਗਤ ਨੂੰ ਪਤਾ ਕਿ ਇਹਨਾਂ ਮੁੰਡਿਆਂ ਦਾ ਰਵੱਈਆ ਕੀ ਆ, ਅਤੇ ਉਹਨਾਂ ਲੋਕਾਂ ਦਾ ਕੀ ਰਵੱਈਆ, ਇਹ ਜੋ ਕੁਝ ਗੱਲਾਂ ਕੀਤੀਆਂ ਮੀਡੀਆ ਦੇ ਵਿੱਚ ਸਾਨੂੰ ਪਤਾ ਲੱਗਾ, ਬਹੁਤ ਬੇਮਰਿਆਦ ਅਤੇ ਬਹੁਤ ਘਟੀਆ ਗੱਲਾਂ ਕੀਤੀਆਂ, ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਇਹ ਗੱਲਾਂ ਕਹਿੰਦੇ ਆ ਕਿ ਮਾਤਾ ਨੂੰ ਮਾਰਿਆ ਗਿਆ, ਪਰ ਅਹੀਆਂ ਨੇ 15-16 ਸਾਲ ਤੋਂ ਲਗਾਤਾਰ ਮਾਤਾ ਇਹਨਾਂ ਕੋਲ ਰਹੀ ਆ। ਜੇ ਇਹਨਾਂ ਨੂੰ ਮਾਤਾ ਦਾ ਦਰਦ ਸੀ ਤੇ ਕਿਉਂ ਨਹੀਂ ਮਾਤਾ ਨੂੰ ਲੈਣ ਆਏ? ਮਾਤਾ ਨੂੰ ਲੈਣ ਆਉਂਦੇ ਸਾਨੂੰ ਦੱਸਦੇ, ਤੇ ਅਸੀਂ ਆਂਦੇ ਵੀ ਮਾਤਾ ਜੀ ਚਲੋ, ਪਰ ਮਾਤਾ ਜੀ ਜਿਹੜਾ ਇਹ ਗੱਲ ਕਹਿੰਦਾ ਵੀ ਮਾਤਾ ਜੀ ਆਪਦੇ ਦੋਹਤਿਆਂ ਕੋਲ ਚਲ ਜਾ, ਉਹ ਆਂਦੀ ਬਿਲਕੁਲ ਮੇਰੇ ਕੋਲੇ ਮੇਰਿਆਂ ਦੋਹਤਿਆਂ ਦਾ ਬਿਲਕੁਲ ਨਾ ਲਿਓ, ਨਾ ਮੈਂ ਕਿਤੇ ਜਾਣਾ, ਤੇ ਮੈਂ ਆਪਦੇ ਜੇਠ ਦੇ ਪੋਤਰਿਆਂ ਦੇ ਕੋਲੇ ਹੀ ਰਹਿਣਾ, ਇਹੋ ਹੀ ਮੇਰੇ ਪੋਤਰੇ ਆ, ਇਹੋ ਹੀ ਮੇਰਾ ਪਰਿਵਾਰ ਆ। ਇਹਨਾਂ ਨੇ ਬਹੁਤ ਸਾਂਭ ਸੰਭਾਲ ਕੁੜੀਆਂ ਨੇ, ਐਸਾ 3-4 ਮਹੀਨੇ ਤੋਂ ਮਾਤਾ ਦੇ ਹਾਲਾਤ ਮਾੜੇ ਸੀ, ਕਿਉਂਕਿ 3-3 ਘੰਟੇ ਬਾਅਦ ਅਸੀਂ ਵੇਹਦੇ ਰਹੇ ਜੇ ਲੀੜੇ ਬਦਲਦੀ ਸੀ ਉਹ ਕੁੜੀ, ਤੇ ਬਹੁਤ ਮੁਸ਼ਕਿਲ ਹਾਲਤ ਚ ਸੀ। ਜੋ ਇਹ ਜਿਹੜਾ ਮੁੰਡਾ ਬੋਲ ਕੇ ਗਿਆ ਇਹਦੇ ਘਰ ਵਾਲੀ, ਜੋ ਇਹਨੇ ਲੜਕੀ ਨੇ ਬਹੁਤ ਸੇਵਾ ਦੀ ਕੀਤੀ ਆ, ਅਸੀਂ ਇਹਨੇ ਵੀ ਇੰਨੀ ਸੇਵਾ ਕਰਨ ਦੇ ਬਾਵਜੂਦ ਇਹਨਾਂ ਨੂੰ ਮੀਡੀਆ ਦੇ ਵਿੱਚ ਤੇ ਆਹ ਗੱਲਾਂ ਠਾਣੇ ਪਠਾਣੇ ਬਿਲਕੁਲ ਨਹੀਂ ਜਾਣੀਆਂ ਚਾਹੀਦੀਆਂ।
ਥੋੜੀ ਜਿਹੀ ਗੱਲ ਬਦਲੇ ਆਪਾਂ ਪੁਲਿਸ ਦੇ ਕੋਲੇ ਜਾਂਦੇ ਹਾਂ, ਮੀਡੀਆ 'ਚ ਜਾਂਦੇ ਹਾਂ। ਇਹ ਸ਼ਰਮਨਾਕ ਗੱਲ ਹੋਈ ਹੈ ਇਲਾਕੇ ਵਾਸਤੇ ਵੀ, ਇਹਨਾਂ ਵਾਸਤੇ ਵੀ, ਕਿਉਂਕਿ ਇਹ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਨਹੀਂ ਜਾਣੀ ਚਾਹੀਦੀਆਂ। ਇੰਨੀ ਇੱਕ ਬੇਨਤੀ ਆ, ਹੋਰ ਕੋਈ ਗੱਲਬਾਤ ਤੁਸੀਂ ਪੁੱਛਣੀ ਚਾਹੁੰਦੇ ਤੇ ਖੁੱਲ੍ਹੇ ਦਿਲ ਨਾਲ ਪੁੱਛ ਲਓ। ਬੇਸ਼ੱਕ ਬਿਲਕੁਲ 100% 120% ਝੂਠ ਬੋਲ ਰਹੇ ਆ। ਸਾਨੂੰ ਝੂਠ ਕਦੇ ਨਹੀਂ ਬੋਲਣਾ ਚਾਹੀਦਾ। ਅਸੀਂ ਗੁਰੂ ਨੂੰ ਜਾਣ ਦੇਣੀ ਆ, ਗੁਰੂ ਦੇ ਸਿੱਖ ਆ, ਉਹਨਾਂ ਦੀ ਅੰਮ੍ਰਿਤ ਛਕੇ ਅਸੀਂ ਵੀ ਛਕੇ ਆ, ਪਰ ਕਦੀ ਵੀ ਕਿਸੇ ਨੂੰ ਗੁਮਰਾਹ ਬਿਲਕੁਲ ਨਹੀਂ ਕਰਨਾ ਚਾਹੀਦਾ। ਨਾ ਕੋਈ ਕਤਲ ਕੀਤਾ, ਜੇ ਕਤਲ ਹੀ ਤੇ 15-16 ਸਾਲ ਪਹਿਲਾਂ, ਕਿਉਂ ਨੀ ਮਾਤਾ ਨੂੰ ਫੜਿਆ, ਖੜਦੀ ਮਾਤਾ ਨੂੰ। ਇਸ ਕਰਕੇ ਜੋ ਗੱਲਾਂ ਜਿੰਨੀਆਂ ਬਿਲਕੁਲ ਬੇਬੁਨਿਆਦ ਤੇ ਝੂਠੀਆਂ ਵਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।